अजीत वैब टीवी वेखण वाले दर्शकों का हार्दिक स्वागत है। साथियों, मैं तुहाडा साथी बलदेव सिंह कंबो ते मेरे नाल ने मेरे सहयोगी पत्रकार तरविंदर सिंह औलख। केंद्र की मोदी सरकार वालों जिहड़े खेती के संबंध में आर्डीनेंस लियांदे गए उहदे विरोध के विच पंजाब भर दीआं जिहड़ीआं किसान जथेबंदियां ने उहनां वालों चाराजोई की जा रही है। अपना विरोध दर्ज करन दे लई वध तों वध पिंडां दे विच मीटिंगां दा सिलसिला जिहड़ा तेज है ਉਹਦੇ ਸੰਬੰਧ ਦੇ ਵਿੱਚ ਕਿਸਾਨਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਵੇਲੇ ਸਾਡੇ ਕੋਲ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਜਨਰਲ ਪੰਜਾਬ ਦੇ ਸੂਬੇ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੀਰ ਜੀ। ਉਹ ਸਰਹੱਦੀ ਖੇਤਰ ਦੇ ਪਿੰਡ ਡਾਲਾ ਵਿਖੇ ਪਹੁੰਚੇ ਆ ਤੇ ਇੱਥੋਂ ਦੇ ਪਿੰਡ ਦੇ ਵਸਨੀਕਾਂ ਵੱਲੋਂ ਉਹਨਾਂ ਨੂੰ ਵੱਡਾ ਹੰਗਾਰਾ ਦਿੱਤਾ ਗਿਆ। ਕਿਸਾਨਾਂ ਵੱਲੋਂ ਵੱਡੀਆਂ ਜਿਹੜੀਆਂ ਉਹਨਾਂ ਨੂੰ ਆਸਾਂ ਦਿੱਤੀਆਂ ਗਈਆਂ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਉਹ ਉਹਨਾਂ ਦਾ ਜਿਹੜਾ 7 ਸਤੰਬਰ ਦਾ ਜਿਹੜਾ ਜੇਲ੍ਹ ਭਰੋ ਅੰਦੋਲਨ ਆ ਉਹਦੇ ਸੰਬੰਧ ਦੇ ਵਿੱਚ ਕੀ ਕੀ ਤਿਆਰੀਆਂ ਨੇ, ਜਿਹੜੇ ਸਰਕਾਰ ਨੂੰ ਕਿਸ ਹੱਦ ਤੱਕ ਜਿਹੜਾ ਇਸ ਆਰਡੀਨੈਂਸ ਦੇ ਵਿਰੋਧ ਦੇ ਵਿੱਚ ਕਿਸਾਨ ਜਥੇਬੰਦੀਆਂ ਜਿਹੜੀਆਂ ਲੜਾਈ ਦੇਣ ਜਾ ਰਹੀਆਂ। ਸਰਵਣ ਸਿੰਘ ਜੀ, ਅਜੀਤ ਵੈਬ ਟੀਵੀ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਦੀ ਮੀਟਿੰਗ ਬਾਰੇ ਦੱਸੋ ਕਿ ਇਸ ਮੀਟਿੰਗ ਵਿੱਚ ਪਿੰਡ ਡਾਲਾ ਵਿਖੇ ਪਹੁੰਚੇ ਜੋ ਇਸ ਪਿੰਡ ਦੇ ਜਿਹੜੇ ਸਾਬਕਾ ਸਰਪੰਚ ਨੇ ਸਰਦਾਰ ਦਰਸ਼ਨ ਸਿੰਘ, ਮੌਜੂਦਾ ਸਰਪੰਚ ਨੇ ਸਰਦਾਰ ਗੁਰਮੀਤ ਸਿੰਘ, ਇਹ ਤੋਂ ਇਲਾਵਾ ਵੱਡੀ ਗਿਣਤੀ ਜਿਹੜੇ ਕਿਸਾਨ ਨੇ ਉਹਨਾਂ ਤੁਹਾਡੀਆਂ ਗੱਲਾਂ ਸੁਣੀਆਂ, ਇਸ ਹੰਗਾਰੇ ਨੂੰ ਤੁਸੀਂ ਕਿਵੇਂ ਵੇਖਦੇ? ਵੇਖੋ ਜੀ, ਜਿਹੜਾ ਅਸੀਂ ਸੂਬੇ ਵੱਲੋਂ ਕਾਰਜ ਕੱਢਿਆ ਸੀਗਾ ਕਿ ਅਸੀਂ ਇੱਕ ਤਾਂ ਆਪਣਾ ਜਿਹੜਾ ਕੰਮ ਖੇਤਰ ਦੂਣਾ ਕਰੀਏ, ਇੱਕ ਤਾਂ ਉਹਦੇ ਸਫਲ ਹੋ ਰਹੇ ਪਿੰਡ ਪਿੰਡ ਮੀਟਿੰਗਾਂ ਤੇ ਲੋਕਾਂ ਦਾ ਜਿਹੜਾ ਅੰਦਰ ਹੈ ਜਿਹੜਾ ਵਿਚਾਰ ਹੈ ਉਹ ਟੋ ਰਹੇ ਵੀ ਉਹ ਜੇਲ੍ਹ ਭਰੋ ਅੰਦੋਲਨ ਨੇ ਕਿੰਨੀ ਕੁ ਤਿਆਰ ਹੈ। ਤੁਸੀਂ ਤੁਹਾਡੇ ਸਾਹਮਣੇ ਸਾਰਾ ਕੁਝ ਤੁਸੀਂ ਵੇਖਿਆ ਕਿ ਇੱਥੇ ਨਗਰ ਦੀਆਂ ਬੀਬੀਆਂ ਵੀ ਕਿਸਾਨ ਮਜ਼ਦੂਰ ਸਾਰੇ ਜੇਲ੍ਹ ਜਾਣ ਨੂੰ ਤਿਆਰ ਆ। ਦੂਸਰਾ ਸਾਡਾ ਸੀ ਵੀ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਨਗਰ ਦੀਆਂ ਸਭਾਵਾਂ ਨੇ ਉਹ ਇਹਨਾਂ ਖਿਲਾਫ਼ ਮਤੇ ਪਾਉਣ। ਅੱਜ ਤੁਸੀਂ ਵੇਖਦੇ ਡਾਲੇ ਦੇ ਵਿੱਚ ਪੂਰੀ ਗ੍ਰਾਮ ਸਭਾ ਨੇ ਇਕੱਠੀ ਹੋ ਕੇ ਮਤਾ ਪਾਸ ਕੀਤਾ ਵੀ ਇਹਦੇ ਖੇਤੀ ਦੇ 3 ਆਰਡੀਨੈਂਸ ਆ ਜਾਂ ਬਿਜਲੀ ਸੋਧ ਬਿੱਲ 220 ਆ ਜਾਂ APMC ਦੇ ਵਿੱਚ ਜਿਹੜੀਆਂ ਸੋਧਾਂ ਕੀਤੀਆਂ ਉਹ ਜਿਹੜੇ ਆਰਡੀਨੈਂਸ ਰੱਦ ਕਰਾਉਣ ਵਿਰੁੱਧ ਮਤਾ ਪਾਸ ਹੋਇਆ। ਤੁਸੀਂ ਕਹਿ ਸਕਦੇ ਹੋ ਸਰਦਾਰ ਗੁਰਮੀਤ ਸਿੰਘ ਜੀ ਵਰਤਮਾਨ ਸਰਪੰਚ ਨੇ, ਸਾਡੇ ਕੋਲ ਸਾਬਕਾ ਸਰਪੰਚ ਵੀ ਖਲੋਤੇ ਨੇ, ਇਹ ਪੂਰੀ ਪੰਚਾਇਤ ਦਾ ਬਹੁਤ ਵੱਡਾ ਮਾਨਸਿਕ ਤੌਰ 'ਤੇ ਤਿਆਰੀ ਹੋਈ ਆ ਅਤੇ ਉਹਨਾਂ ਜਿਹੜਾ ਫੈਸਲਾ ਕੀਤਾ ਬਹੁਤ ਵਧੀਆ, ਉਹਨਾਂ ਨੇ ਸਾਰਿਆਂ ਰਲ ਮਿਲ ਕੇ ਅੱਜ ਫੈਸਲਾ ਕੀਤਾ ਅਤੇ ਬਹੁਤ ਵੱਡੀ ਗੱਲ ਆ। ਪਿੰਡਾਂ ਦੀਆਂ ਪੰਜਾਬ ਦੀਆਂ ਗ੍ਰਾਮ ਸਭਾਵਾਂ ਜੇ ਇਕੱਠੀਆਂ ਹੋ ਕੇ ਸਰਕਾਰ ਵਿਰੁੱਧ ਮਤੇ ਪਾਸ ਕਰਨਗੀਆਂ ਅਤੇ ਸਰਕਾਰ ਤੱਕ ਸਾਡਾ ਪੱਖ ਜਾਊਗਾ ਅਤੇ ਜਿਹੜੀ ਮੋਦੀ ਸਰਕਾਰ ਆ ਉਹ ਰਿਵਿਊ ਕਰੂਗੀ ਦੋਹਰੇ ਵੀ ਇਹ ਆਰਡੀਨੈਂਸ ਕਿਸਾਨਾਂ ਮਜ਼ਦੂਰਾਂ ਦੇ ਹੱਕ 'ਚ ਨਹੀਂ ਹੈਗੇ ਜਾਂ ਫਿਰ ਅਕਾਲੀ ਦਲ ਆਪਦਾ ਸਮਰਥਨ ਦੇਣ 'ਤੇ ਦੋਹਰੇ ਰਿਵਿਊ ਕਰੂਗਾ। ਸੋ ਸਾਨੂੰ ਬਹੁਤ ਵੱਡੇ ਅਤੇ ਵਿਆਪਕ ਪੱਧਰ 'ਤੇ ਸਮਰਥਨ ਮਿਲ ਰਿਹਾ। ਕੱਲ੍ਹ ਅਸੀਂ ਇਸ ਇਲਾਕੇ ਵਿੱਚ ਘੁੰਮੇ ਜਿਵੇਂ ਭੰਗਵਾਂ ਵਾ, ਵੜੀਏ ਗਿਆ, ਬੈਠ ਵਾਲਿਆ, ਇਹ ਤੋਂ ਕਹਾਂ ਮੋਦੇ ਆ, ਬਹੁਤ ਸਾਰੇ ਪਿੰਡਾਂ 'ਚ ਨਵੀਆਂ ਇਕਾਈਆਂ ਬਣੀ, ਅੱਜ ਵੀ 7-8 ਪਿੰਡਾਂ ਵਿੱਚ ਅਸੀਂ ਜਾ ਰਹੇ ਹਾਂ, ਨਵੀਆਂ ਇਕਾਈਆਂ ਬਣਦੀਆਂ ਸੰਭਾਵਨਾ ਹੈਗੀਆਂ। ਬਹੁਤ ਵੱਡਾ ਹਿੱਸਾ ਪੰਜਾਬ ਦੇ ਵਿੱਚ ਇਹ ਜੇਲ੍ਹ ਭਰੋ ਅੰਦੋਲਨ ਦੇ ਮੋਰਚੇ ਵਿੱਚ ਸ਼ਾਮਲ ਹੋ ਰਿਹਾ ਅਤੇ ਖੁਸ਼ਾਹਿਨ ਗੱਲ ਆ ਅਤੇ ਵੱਡੀ ਗੱਲ ਹੈ ਜਦੋਂ ਪਿੰਡਾਂ ਜਾ ਰਹੇ ਜਵਾਨੀ ਆ ਰਹੀ ਆ, ਜਵਾਨੀ ਕਿਸਾਨ ਬਹੁਤ ਵੱਡੇ ਪੱਧਰ 'ਤੇ ਨੌਜਵਾਨ ਆ ਰਹੇ ਆ। ਸੋ ਕਿਸੇ ਵੀ ਮੋਰਚੇ ਨੂੰ ਜਿੱਤਣ ਲਈ ਜਵਾਨੀ ਦੀ ਸ਼ਮੂਲੀਅਤ ਬਹੁਤ ਜ਼ਰੂਰੀ ਹੁੰਦੀ ਆ। ਸੋ ਜਵਾਨੀ ਵੱਡੇ ਪੱਧਰ 'ਤੇ ਸਾਡਾ ਸਹਿਯੋਗ ਕਰ ਰਹੀ ਆ ਅਤੇ ਪਿੰਡਾਂ ਦੀਆਂ ਪੰਚਾਇਤਾਂ ਦਾ ਧੰਨਵਾਦ ਹੈ ਵੀ ਉਹ ਪਾਰਟੀਬਾਜ਼ੀ ਤੋਂ, ਧੜੇਬੰਦੀ ਤੋਂ ਉੱਪਰ ਉੱਠ ਕੇ ਦੇਸ਼ ਦੇ ਭਲੇ ਲਈ, ਪੰਜਾਬ ਦੇ ਭਲੇ ਲਈ, ਪੰਜਾਬ ਦੀ ਕਿਸਾਨੀ ਵਾਸਤੇ ਸੋਚ ਬਣਾ ਕੇ ਇਹ ਮਤੇ ਪਾਸ ਕਰ ਰਹੀਆਂ ਨੇ, ਇਹ ਸਾਡੇ ਲਈ ਬਹੁਤ ਵੱਡੀ ਪ੍ਰਾਪਤੀ। ਜੇ ਵੇਖਿਆ ਜਾਵੇ ਇਸ ਆਰਡੀਨੈਂਸ ਲਿਆਉਣ ਦੇ ਵਿੱਚ ਜਿਹੜੀ ਕੇਂਦਰ ਦੀ ਸਰਕਾਰ ਆ ਉਹ ਜ਼ਿੰਮੇਵਾਰ ਆ, ਪੰਜਾਬ ਸਰਕਾਰ ਦਾ ਦ੍ਰਿਸ਼ਟੀਕੋਣ ਇਸ ਪ੍ਰਤੀ ਕੀ ਵੇਖਦੇ? ਦੂਸਰਾ ਜਿਹੜਾ APMC ਐਕਟ ਸੀਗਾ ਪਿਛਲੇ 17 ਵਿੱਚ ਅਗਸਤ ਦੇ ਵਿੱਚ ਕੈਪਟਨ ਸਾਹਿਬ ਨੇ ਇਹ 'ਚ ਸੋਧਾਂ ਕਰਤੀਆਂ ਸੀ। ਇਹ ਜਿਹੜੀ ਹੁਣ ਡਾਕਟਰ ਮਨਟੇਕ ਸਿੰਘ ਦੀ ਆਲੂਵਾਲੀਆ ਦੀ ਰਿਪੋਰਟ ਆਈ ਆ ਉਹ ਵੀ ਕੇਂਦਰ ਵਾਲਾ ਹੀ ਪੱਖ ਪੂਰਦੀ ਆ, ਕਿਉਂਕਿ ਉਹ ਕਹਿ ਰਿਹਾ ਵੀ ਤੁਸੀਂ ਖੇਤੀ 'ਚ ਕਿਸੇ ਕਿਸਮ ਦੀ ਸਬਸਿਡੀ ਨਹੀਂ ਦੇਣੀ, ਤੁਸੀਂ ਬਿਜਲੀ 'ਚ ਕੋਈ ਸਬਸਿਡੀ ਨਾ ਦਿਓ, ਜਿੰਨੇ ਸਰਕਾਰੀ ਥਰਮਲ ਪਲਾਂਟ ਆ ਉਹ ਬੰਦ ਕਰ ਦਿਓ, ਗਾਂਹ ਕੋ ਮੁਲਾਜ਼ਮ ਭਰਤੀ ਨਾ ਕਰੋ, ਜੇ ਕਰਨੇ ਆ ਅਤੇ ਕੇਂਦਰ ਦੇ ਸਕੇਲ 'ਤੇ ਕਰੋ, ਤੁਹਾਡੇ ਕੋਲ ਪੁਲਿਸ ਵੀ ਕਹਿੰਦੇ ਬਹੁਤ ਜ਼ਿਆਦਾ ਵੈ, ਇਹਦੀ ਘੱਟ ਕਰੋ। ਸੋ ਡਾਕਟਰ ਮਨਟੇਕ ਸਿੰਘ ਆਲੂਵਾਲੀ ਦੀ ਰਿਪੋਰਟ ਪੂਰੀ ਤਰ੍ਹਾਂ ਨਿੱਜੀਕਰਨ ਨੂੰ ਅੱਗੇ ਵਧਾਉਂਦੀ ਆ। ਸੋ ਪੰਜਾਬ ਸਰਕਾਰ ਦੇ ਵੀ ਨਿੱਜੀਕਰਨ ਵਾਲੇ ਜਿਹੜੇ ਮਨਸ਼ੇ ਆ ਉਹ ਕੇਂਦਰ ਵਾਲੇ ਹੀ ਆ, ਸੋ ਅਸੀਂ ਇਹ ਦੋਸ਼ੀ ਮੰਨਦੇ ਹਾਂ। ਸਾਡਾ ਤਾਂ ਵੈਸੇ ਵੀ ਜੇ ਕੈਪਟਨ ਸਰਕਾਰ ਕਹਿ ਰਹੀ ਹੈ ਵੀ ਅਸੀਂ ਆਰਡੀਨੈਂਸਾਂ ਦੇ ਵਿਰੁੱਧ ਹੈ, ਚੰਗੀ ਗੱਲ, ਤਾਂ ਉਹਨਾਂ ਨੂੰ ਚਾਹੀਦਾ ਵੀ ਜਿਹੜਾ 28 ਨੂੰ ਵਿਧਾਨ ਸਭਾ ਦਾ ਅਜਲਾਸ ਸੱਦਿਆ ਵਾ ਉਹਦੇ ਵਿੱਚ ਇਹ ਆਰਡੀਨੈਂਸ ਰੱਦ ਕਰਾਉਣ ਵਿਰੁੱਧ ਮਤਾ ਪਾਸ ਕਰਨ, ਤਾਂ ਅਸੀਂ ਮੰਨਾਂਗੇ ਵੀ ਮਾੜਾ ਮੋਟਾ ਹਜੇ ਕਿਸਾਨਾਂ ਮਜ਼ਦੂਰਾਂ ਦਾ ਹੇਜ ਸਰਕਾਰ ਨੂੰ ਹੈਗਾ। ਜੇ ਇਨ ਫਿਊਚਰ ਦੀ ਗੱਲ ਕੀਤੀ ਜਾਵੇ ਕਿਸਾਨ ਜਥੇਬੰਦੀਆਂ, ਕਿਸਾਨ ਸੰਘਰਸ਼ ਕਮੇਟੀ ਵੱਡੇ ਪੱਧਰ 'ਤੇ ਐਜੀਟੇਸ਼ਨ ਦੀ ਜਿਹੜੀ ਰੂਪ ਰੇਖਾ ਉਲੀਕੀ ਜਾ ਰਹੀ ਹੈ, ਜੇਲ੍ਹ ਭਰੋ ਅੰਦੋਲਨ ਦੀ ਸ਼ੁਰੂਆਤ ਦਾ ਜਿਹੜਾ ਵਿਗਲ ਆ ਉਹ ਜਾਇਆ ਜਾ ਚੁੱਕਾ, ਦਿਨ ਮਿਥਿਆ ਜਾ ਚੁੱਕਾ, ਤੁਸੀਂ ਇਸ ਪ੍ਰਤੀ ਜਿਹੜੀ ਸੰਘਰਸ਼ ਦੀ ਰੂਪ ਰੇਖਾ ਹੈ ਆਉਣ ਭਵਿੱਖ ਦੇ ਵਿੱਚ ਕਿਸ ਕਦਰ ਜਾਂ ਕਿਸ ਹੱਦ ਤੱਕ ਸੰਘਰਸ਼ ਜਾ ਸਕਦਾ? ਵੇਖੋ, ਅਸੀਂ ਤਾਂ ਜਿਹੜਾ ਅਸੀਂ ਸਮਝਦੇ ਜਿਹੜੀ ਸਾਡੀ ਲੀਡਰਸ਼ਿਪ ਆ ਵੀ ਵੇਖੋ
वे तो वा बंदे की कुरबानी होंगी अपनी। सो जे ये खेती ऑर्डीनेंस लागू हो गए काटपुर घराने खेती चाहे ने किसान मजदूर खेती चो बहर हो जाना साड़ी कल कणक झोने की खरीद बंद होनी। अब बहरहाल दूजे मसलों भी किसानों का जाड़ा तय वा खुदकुशियां भी होनिया। असं कहने जे सैकड़े सिर दे के भी कुरबानियां दे के भी यह ऑर्डीनेंसा वापस करा लिए तो यह सौदा बहुत सस्ता वा महंगा नहीं है। असं इस शिद्दत न लड़ रहे हैं तो सानू हुंगारा भी पंजाब के अंदर चंगा मिल रहा है, यह खुशी वाली गल है। बहुत बहुत धन्यवाद प्यारे दर्शको। इस वेले साढ़े कोल ने पिंड डाला दे समूहक तौर पर नगर निवासी वड्डी गिनती दे विच हाजिर होए आ ते दसण वाली गल ते जिक्र जो गल इह आ कि ग्राम पंचायत डाला वल्लों ये जिहड़े केंद्र सरकार दे तिन्ने आर्डीनेंस आ बिजली सोध एक्ट 2020 उहदे संबंध विच विरोध मता जिहड़ा है उह पंचायत वल्लों पास किया गया है। एक बड़ी वड्डी पहलकदमी आ कि जिहड़े पिंडां दीआं जिहड़ीआं पंचायतां हुंदीआं उह आम करके सत्ता पक्ष दे नाल जां पिंडां दी राजनीतिक धिरां दे नाल जुड़ियां हुंदीआं, इन्नी वड्डी पहलकदमी करनी कुछ औखी है। साढ़े कोल ने मौजूदा सरपंच सरदार गुरमीत सिंह, उन्हां नाल गल करनी। गुरमीत सिंह जी, अजीत वैब टीवी विच तुहाडा बहुत बहुत स्वागत है। ਸਾਡੇ ਦਰਸ਼ਕਾਂ ਨੂੰ ਇਹ ਜਾਣਕਾਰੀ ਦਿਓ ਕਿ ਜਿਹੜਾ ਤੁਸੀਂ ਫੈਸਲਾ ਲਿਆ ਹੈ ਇਹ ਬੜਾ ਵੱਡਾ ਫੈਸਲਾ ਹੈ ਕਿਉਂਕਿ ਤੁਸੀਂ ਵੀ ਕਿਸੇ ਨਾ ਕਿਸੇ ਰਾਜਨੀਤਿਕ ਪਾਰਟੀ ਦੇ ਵਿੱਚ ਵਿਚਰਦੇ ਹੋਗੇ ਜਾਂ ਜੁੜੇ ਹੋਗੇ ਤੇ ਕੀ ਸੋਚ ਕੇ ਕੀ ਵੇਖ ਕੇ ਇਹ ਫੈਸਲਾ ਲਿਆ? ਮੈਂ ਜੀ ਸਰਪੰਚ ਗੁਰਮੀਤ ਸਿੰਘ ਪਿੰਡ ਡਾਲਾ। ਅਸੀਂ ਨਾ ਜੀ ਸੈਂਟਰ ਸਰਕਾਰਾਂ ਦੀਆਂ ਜੋ ਕਿਸਾਨ ਮਾਰੂ ਨੀਤੀਆਂ ਨੇ ਨਾ ਜੀ ਅਸੀਂ ਉਹਨਾਂ ਤੱਕ ਮੈਸੇਜ ਪਹੁੰਚਾਉਣਾ ਚਾਹੁੰਦੇ ਹਾਂ ਵੀ ਸਾਨੂੰ ਮੈਸੇਜ ਮਿਲਿਆ ਜੀ ਥੱਲਿਓ ਜਨਤਾ ਦਾ ਅਸੀਂ ਗਾਂ ਆਪਣੇ ਸਟੈਪ ਬਾਈ ਸਟੈਪ ਤਾਂ ਚੜ੍ਹਾਉਣਾ ਚਾਹੁੰਦੇ ਜੀ ਮੈਸੇਜ ਇਸ ਨੂੰ ਪਹੁੰਚਾਉਣਾ ਚਾਹੁੰਦੇ ਹਾਂ ਸਰਕਾਰ ਤੱਕ ਵੀ ਸਾਡੇ ਜਿਹੜੇ ਕਿਸਾਨ ਮਾਰੂ ਐਕਟ ਪਾਸ ਹੋਏ ਨੇ ਉਹਨਾਂ ਨੂੰ ਰੱਦ ਕੀਤਾ ਜਾਵੇ ਕਿਉਂਕਿ ਉਹਦੇ ਵਿੱਚ ਸਾਰੇ ਕਿਸਾਨ ਆਉਂਦੇ ਆ, ਅਕਾਲੀ ਵੀ ਆਉਂਦੇ ਆ, ਕਾਂਗਰਸੀ ਵੀ ਆਉਂਦੇ ਆ, ਆਮ ਆਦਮੀ ਪਾਰਟੀ ਵੀ ਆਉਂਦੇ ਆ, ਸਾਰੀ ਜਨਤਾ ਆਉਂਦੀ ਆ। ਸਾਨੂੰ ਜੋ ਸੰਗਤ ਦੀ ਆਵਾਜ਼ ਆ ਨਾ ਜੀ ਪਿੱਛੋਂ ਵੀ ਤੁਹਾਨੂੰ ਅਸੀਂ ਵੋਟਾਂ ਪਾਈਆਂ ਨੇ ਅਤੇ ਹੁਣ ਸਾਡਾ ਮੈਸੇਜ ਗਾਂ ਤੱਕ ਪਹੁੰਚਾਓ, ਅਸੀਂ ਉਹ ਮੈਸੇਜ ਜਿਹੜਾ ਨਾ ਜੀ ਸਰਕਾਰਾਂ ਤੱਕ ਪਹੁੰਚਾਉਣਾ ਚਾਹੁੰਦੇ ਹਾਂ। ਇੱਕ ਸਾਰੀ ਗ੍ਰਾਮ ਸਭਾ ਦਾ ਇੱਕ ਮਤਾ ਪਾਸ ਹੋਇਆ ਵਾ ਵੀ ਇਹ ਜ਼ੋਰ ਦੇ ਕੇ ਇੱਕ ਕਾਰਵਾਈ ਰਜਿਸਟਰ ਦੇ ਵਿੱਚ ਮਤਾ ਪਾਸ ਹੋਇਆ ਵਾ ਵੀ ਇਹ ਜਿਹੜੇ ਆ ਤਾਂ ਤੱਕ ਪਹੁੰਚਾਇਆ ਜਾਵੇ ਮੈਸੇਜ ਅਤੇ ਸਾਡੇ ਜਿਹੜੇ ਕਿਸਾਨ ਮਾਰੂ ਐਕਟ ਪਾਸ ਹੋਏ ਨੇ ਉਹ ਰੱਦ ਕੀਤੇ ਜਾਣ। ਕਿਸਾਨ ਮਾਰੂ ਐਕਟ ਜਿਹੜੇ ਆ ਉਹ ਰੱਦ ਕੀਤੇ ਜਾਣ, ਇਹ ਪਿੰਡ ਦੇ ਸਮੂਹਕ ਤੌਰ 'ਤੇ ਨਗਰ ਨਿਵਾਸੀਆਂ ਦਾ ਇਹ ਫੈਸਲਾ ਹੈ ਅਤੇ ਪਿੰਡ ਦੇ ਸਰਪੰਚ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਜਿਹੜੇ ਪਿੰਡ ਦੇ ਕਿਸਾਨ ਨੇ ਉਹ ਭਾਵੇਂ ਕਿਸੇ ਵੀ ਰਾਜਨੀਤਿਕ ਧਿਰ ਦੇ ਨਾਲ ਸੰਬੰਧਿਤ ਆ ਉਹਨਾਂ ਵੱਲੋਂ ਇਹ ਇੱਕ ਕਿਸਮ ਦਾ ਪਿਆਰ ਨਾਲ ਹੀ ਸਹੀ ਦਬਾਅ ਬਣਾਇਆ ਜਾ ਰਿਹਾ ਹੈ ਕਿ ਪੰਚਾਇਤ ਸਮੂਹਕ ਤੌਰ 'ਤੇ ਇਹ ਮਤਾ ਲੈ ਕੇ ਆਵੇ ਅਤੇ ਤਿੰਨੇ ਆਰਡੀਨੈਂਸ ਜਿਹੜੇ ਆ ਇਹ ਕਿਸਾਨ ਵਿਰੋਧੀ ਨੇ, ਮਜ਼ਦੂਰ ਵਿਰੋਧੀ ਨੇ, ਪੰਜਾਬ ਵਿਰੋਧੀ ਨੇ, ਇਹਨਾਂ ਨੂੰ ਰੱਦ ਕੀਤਾ ਜਾਵੇ ਅਤੇ ਲੋਕਾਂ ਦੀ ਪ੍ਰਜੋਰ ਮੰਗ 'ਤੇ ਪਿੰਡ ਡਾਲਾ ਦੀ ਪੰਚਾਇਤ ਜਿਹੜੀ ਹਲਕਾ ਰਾਜਾ ਸਾਂਸੀ ਦੇ ਵਿੱਚ ਆਉਂਦੀ ਆ ਉਹਦੇ ਵੱਲੋਂ ਇਹ ਜਿਹੜੇ ਤਿੰਨੇ ਆਰਡੀਨੈਂਸ ਨੇ ਉਹਨਾਂ ਦੇ ਵਿਰੋਧ ਦੇ ਵਿੱਚ ਜਿਹੜਾ ਸਰਬਸੰਮਤੀ ਦੇ ਨਾਲ ਮਤਾ ਪਾਇਆ ਗਿਆ ਹੈ। ਇਹਨਾਂ ਹੀ ਸ਼ਬਦਾਂ ਦੇ ਨਾਲ ਪਿਆਰੇ ਦਰਸ਼ਕੋ ਤੁਹਾਡੇ ਕੋਲੋਂ ਲੈਂਦੇ ਹਾਂ ਇਜਾਜ਼ਤ। ਵਧੇਰੇ ਖਬਰਾਂ ਲਈ ਤੁਸੀਂ ਵੇਖਦੇ ਰਹੋ ਅਜੀਤ ਵੈਬ ਟੀਵੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਦੇਸ਼ ਦੁਨੀਆ 'ਤੇ ਕੋਰੋਨਾ ਮਹਾਂਮਾਰੀ ਦਾ ਅਸਰ, ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ। ਅਜੀਤ ਵੈਬ ਟੀਵੀ ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ, ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ। ਪਿੰਡ, ਕਸਬਾ, ਸ਼ਹਿਰ ਹੋਵੇ ਜਾਂ ਦੇਸ਼ ਵਿਦੇਸ਼, ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ। ਕਲਮ ਦੀ ਤਾਕਤ ਤੇ ਵੈਬ ਟੀਵੀ ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮਨ ਦੀ ਆਵਾਜ਼, ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ। ਆਪ ਨਹੀਂ ਤਾਂ ਪਹੁੰਚੇਗੀ ਸਾਡੀ ਵੀਡੀਓ ਕਾਲ। ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ।